ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੀਂ ਸਵੇਰ ਦਾ ਨਵਾਂ ਸੁਨੇਹਾ। ਚੜ੍ਹਦੀ ਕਲਾ 'ਚ ਰਹੋ, ਮਸਤ ਰਹੋ, ਖੁਸ਼ ਰਹੋ, ਖਿੜੇ ਰਹੀਏ, ਰੰਗ 'ਚ ਰਹੀਏ, ਸਰੂਰ 'ਚ ਰਹੀਏ। ਨਵੀਂ ਸਵੇਰ ਦੇ ਨਵੇਂ ਸੁਨੇਹੇ 'ਚ ਅੱਜ ਆਪਾਂ ਗੱਲ ਕਰਦੇ ਹਾਂ। ਪਿਛਲੇ ਦਿਨਾਂ ਤੋਂ ਕੁਛ ਸਿਹਤ ਡਾਊਨ ਚੱਲ ਰਹੀ ਹੈ, ਮੈਂ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਰ ਲੈਣੀ ਹੈ, ਥੋੜ੍ਹਾ ਟਾਈਮ ਲੱਗਦਾ। ਅਤੇ ਮੈਂ ਜਦੋਂ ਕਹਿੰਦਾ ਕਿ ਮਸਤ ਰਹੋ, ਖੁਸ਼ ਰਹੋ, ਖਿੜੇ ਰਹੋ, ਆਪਣੇ ਆਪ ਨੂੰ ਵੀ ਮੈਂ ਇਹ ਸੁਨੇਹਾ ਦਿੰਦਾ, ਕਾਇਮ ਰਹਿਣਾ ਹੈ, ਦੀ ਕਲਾ 'ਚ ਰਹਿਣਾ। ਪਰ ਸਿਹਤ ਦੀ ਪਰੇਸ਼ਾਨੀ ਕਈ ਵਾਰੀ ਹਾਵੀ ਹੋ ਜਾਂਦੀ ਹੈ, ਬੋਡੀ ਵੀਕ ਫੀਲ ਕਰਦੀ ਹੈ, ਕਈ ਵਾਰੀ ਵਾਕ ਨਹੀਂ ਕਰ ਹੁੰਦਾ, ਤੁਰ ਨਹੀਂ ਹੁੰਦਾ, ਹਰ ਚੀਜ਼ ਵਿੱਚ ਐਨਰਜੀ ਚਾਹੀਦੀ ਹੈ ਅਤੇ ਐਨਰਜੀ ਖਤਮ ਹੋ ਜਾਂਦੀ ਹੈ, ਬੋਲਣ ਲਈ ਵੀ ਐਨਰਜੀ ਚਾਹੀਦੀ ਹੈ, ਉਹ ਵੀ ਸਲੋ, ਸਾਰਾ ਕੁਛ ਇੱਦਾਂ ਚੱਲਦਾ ਰਹਿੰਦਾ। ਕਈ ਵਾਰੀ ਫੀਲ ਹੁੰਦਾ ਵੀ ਯਾਰ ਕਾਹਦੀ ਜ਼ਿੰਦਗੀ ਹੈ, ਕੀ ਕਰ ਰਹੇ ਹਾਂ। ਅਤੇ ਮੈਂ ਰੋਜ਼ ਉੱਪਰ ਬੈਠਦਾ ਹਾਂ ਆਪਣੇ ਕੋਠੀ ਦੇ ਉੱਪਰ ਛੱਤ 'ਤੇ, ਮੈਂ 5:15 ਉੱਪਰ ਚਲੇ ਜਾਂਦਾ, ਆਸਾ ਦੀਵਾਰ ਹੋ ਰਹੀ ਹੁੰਦੀ ਹੈ, ਕੀਰਤਨ ਦੀ ਆਵਾਜ਼ ਆਉਂਦੀ ਹੈ, ਫਿਰ ਬਗਲੇ ਉੱਠਦੇ ਨੇ, ਫਿਰ ਬਾਕੀ ਦੀਆਂ ਚਿੜੀਆਂ ਘੁੱਗੀਆਂ ਉੱਠਦੀਆਂ ਨੇ, ਫਿਰ ਸੂਰਜ ਆਉਂਦਾ ਹੈ, ਉਹਦਾ ਟਾਈਮ ਹੁੰਦਾ ਹੈ, ਬਹੁਤ ਸੋਹਣਾ ਇਨਵਾਇਰਮੈਂਟ ਹੁੰਦਾ ਹੈ, ਟੋਟਲੀ ਡਿਫਰੈਂਟ ਮਾਹੌਲ ਹੁੰਦਾ। ਮੈਂ 1.25 ਘੰਟਾ, 1.5 ਘੰਟਾ ਉੱਪਰ ਹੀ ਬੈਠਦਾ ਆਰਾਮ ਨਾਲ, ਕੁਦਰਤ ਨੂੰ ਮੈਂ ਨਿਹਾਰਦਾ ਰਹਿੰਦਾ ਹਾਂ, ਵੇਖਦਾ ਰਹਿੰਦਾ। ਸੋ ਅੱਜ ਮੈਂ ਸਵੇਰੇ ਵਾਕ ਕਰਦਾ ਸੀ ਉੱਤੇ, ਅਤੇ ਗੱਲ ਕਰ ਰਿਹਾ ਸੀ ਕਿ ਕੀ ਐਸਾ ਕਰੀਏ ਕਿ ਕਾਇਮ ਹੋਈਏ। ਮੈਂ ਸੋਚਦਾ ਕਿ ਖੁਰਾਕ ਚੇਂਜ ਹੋਈ ਹੈ, ਖਾਣਾ ਬਹੁਤ ਹਲਕਾ ਹੈ, ਹਲਕਾ ਹੋਣ ਕਰਕੇ ਉਹਦੇ 'ਚ ਐਨਰਜੀ ਹੈ ਨਹੀਂ, ਘੱਟ ਹੈ, ਘੱਟ ਹੈ ਐਨਰਜੀ ਹੋਣ ਕਰਕੇ ਬੋਡੀ ਨੂੰ ਐਨਰਜੀ ਨਹੀਂ ਮਿਲਦੀ। ਹੁਣ ਇਸ ਕਰਕੇ ਇੱਦਾਂ ਹੋ ਰਿਹਾ, ਪਰ ਮੈਂ ਉਹਦਾ ਜਿਹੜਾ ਰਿਜ਼ਲਟ ਕੱਢਿਆ, ਸੱਚ ਦੱਸਾਂ, ਉਹ ਇਹ ਹੈ ਕਿ ਮੈਨੂੰ ਅਸਲ ਖੁਰਾਕ ਨਹੀਂ ਮਿਲਦੀ। ਉਹ ਕੀ ਹੈ, ਜਿਹੜਾ ਸਰੀਰ ਰੂਪੀ ਸਾਡਾ ਇਹ ਬੂਟਾ ਹੈ, ਸਾਡਾ ਇਹ ਮਨ ਹੈ, ਜਿੰਨਾ ਚਿਰ ਫਲ ਨਾ ਦੇਵੇ ਨਜ਼ਾਰਾ ਨਹੀਂ ਆਉਂਦਾ। ਤੁਸੀਂ ਆਪਣੇ ਆਪ ਵਿੱਚੋਂ ਫਲ ਖਾਣਾ, ਇਹਦੇ 'ਚੋਂ ਫਲ ਪ੍ਰਗਟ ਕਰਨਾ, ਉਹਨੂੰ ਹੀ ਖਾਣਾ। ਉਹ ਕੀ ਹੈ, ਉਹ ਹੈ ਤੁਹਾਡੇ ਗੁਣ, ਉਹ ਹੈ ਤੁਹਾਡੀ ਕੁਆਲਿਟੀ। ਮੈਂ 16 ਸਾਲ ਤੋਂ ਪ੍ਰਚਾਰ ਕਰਦਾ, ਮੇਰੀ ਉਮਰ 16 ਸਾਲ ਦੀ, ਮੈਂ ਇਹਦੇ 'ਚੋਂ ਬੜਾ ਕੁਛ ਕੱਢਿਆ, ਆਪਣੇ ਗਲੇ 'ਚੋਂ, ਆਪਣੇ ਦਿਮਾਗ 'ਚੋਂ, ਆਪਣੇ ਸਰੀਰ 'ਚੋਂ। ਬੜੇ ਲੋਕ ਆਪਣੇ ਸਰੀਰ 'ਚੋਂ, ਠੀਕ ਹੈ, ਆਪਣਾ ਅੱਗੇ ਵੰਸ਼ ਵਧਾਉਂਦੇ ਨੇ, ਬੱਚਾ ਆਇਆ, ਕਿਸੇ ਨੇ ਕੁਛ, ਕਿਸੇ ਨੇ ਕੁਛ, ਮੈਂ ਬਹੁਤ ਕੁਛ ਆਪਣੇ ਸਰੀਰ 'ਚੋਂ ਕੱਢਿਆ, ਜਿਵੇਂ ਕਿ ਕੀਰਤਨ, ਬਿਨਾਂ ਸਿੱਖੇ ਮੈਂ ਧਾਰਨਾ ਗਾਉਂਦਾ ਸੀ,
ਉਹ ਮੇਰੇ ਬਣਾਉਣੀਆਂ ਜਦੋਂ ਗਾਉਣੀਆਂ ਉਹ ਫਲ ਲੱਗ ਗਿਆ ਉਸੇ ਨੂੰ ਖਾਣਾ। ਫਿਰ ਬੜੇ ਮਸਤ ਹੋ ਹੋ ਕੇ ਕਵਿਤਾਵਾਂ ਗਾਉਣੀਆਂ ਉਹ ਜਦੋਂ ਗਾਉਣੀਆਂ ਕਿਸੇ ਨੇ ਤਾਂ ਸੁਣ ਕੇ ਵਾਹ ਵਾਹ ਕਰਨਾ ਆਪਣੇ ਆਪ ਨੂੰ ਵੀ ਐਂ ਲੱਗਣਾ ਵੀ ਅੱਜ ਕੁਛ ਨਵਾਂ ਕੀਤਾ ਨਵੇਂ ਤੋਂ ਨਵੀਂ ਗੱਲ ਕਰਨੀ ਨਵੇਂ ਤੋਂ ਨਵੀਂ ਉਹ ਖੁਰਾਕ ਹੈ ਆਪਣੀ ਆਪ ਹੀ ਬੋਲਣਾ ਔਰ ਉਹਨੂੰ ਕੱਢਣਾ ਅਤੇ ਸੁਣਨਾ ਫਿਰ ਮਸਤ ਹੋਣਾ ਵਾਹ 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 ਉਹ ਕੁਆਲਿਟੀ ਹੈ ਉਹ ਗੁਣ ਹੈ। ਅਤੇ ਮੈਂ ਪਿਛਲੇ ਇੱਕ ਮਹੀਨੇ ਤੋਂ ਤਕਰੀਬਨ ਪ੍ਰੋਪਰ ਦੀਵਾਨ ਨਹੀਂ ਲਾ ਰਿਹਾ ਪ੍ਰੋਗਰਾਮ ਕਰਨ ਜਾਂਦਾ ਤਾਂ ਵੀਕ ਫੀਲ ਕੀਤਾ ਉਹਨਾਂ ਜ਼ੋਰ ਨਾਲ ਲਾ ਨਹੀਂ ਪਾ ਰਿਹਾ ਕੁਛ ਨਿਕਲ ਨਹੀਂ ਰਿਹਾ ਉਦੋਂ ਫਿਰ ਮੈਨੂੰ ਸਮਝ ਆਉਂਦੀ ਹੈ ਅਫਲ ਜਿਹੜਾ ਦਰਖਤ ਹੁੰਦਾ ਉਹ ਕਿੱਦਾਂ ਦਾ ਹੁੰਦਾ ਅਫਲ ਦਾ ਮਤਲਬ ਜਿਹਨੂੰ ਫਲ ਨਾ ਲੱਗੇ ਮੈਂ ਫਿਰ ਉਹ ਸਮਝ ਆਉਂਦੀ ਹੈ ਮੈਨੂੰ ਉਹ ਪੰਗਤੀ ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕੰਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ ਉਸ ਕੰਮ ਦਾ ਫਾਇਦਾ ਨਹੀਂ ਜਿਹਦੇ 'ਚ ਗੁਣ ਨਾ ਹੋਵੇ। ਜਦੋਂ ਤੁਸੀਂ ਕੰਮ ਕਰਦੇ ਹੋ ਉਹ ਫਿਰ ਗੁਣ ਹੈ ਉਹ ਜਿਹੜਾ ਗੁਣ ਹੈ ਤੁਹਾਡਾ ਉਹਨੂੰ ਤੁਸੀਂ ਖਾਂਦੇ ਹੋ ਖੁਰਾਕ ਹੈ ਤੁਹਾਡੀ ਆਪਣੇ 'ਚੋਂ ਹੀ ਪ੍ਰਗਟ ਕਰਦੇ ਹੋ ਆਪ ਹੀ ਖਾਂਦੇ ਹੋ। ਸਮਝਣਾ ਤੁਸੀਂ ਕੀਰਤਨ ਕਰਨ ਲੱਗੇ ਕੋਈ ਐਸਾ ਸ਼ਬਦ ਐਸਾ ਆਇਆ ਤੁਸੀਂ ਗਾਤਾ ਪ੍ਰਗਟ ਕੀਤਾ ਆਪਣੇ ਆਪ 'ਚੋਂ ਇੱਕਦਮ ਪ੍ਰਗਟ ਹੋ ਗਿਆ ਗੁਣ ਉਹਨੂੰ ਫਿਰ ਨਜ਼ਾਰਾ ਆਉਂਦਾ ਵੀ ਆਹ ਮੈਂ ਕੀ ਪ੍ਰਗਟ ਕੀਤਾ ਆਹ ਕਿੰਨਾ ਸੋਹਣਾ ਬਣ ਗਿਆ ਆਹ ਕਮਾਲ ਹੋ ਗਈ ਇਹ ਖੁਰਾਕ ਉਹਨੂੰ ਮੈਂ ਇੰਨੇ ਸਾਲ ਖਾਧਾ ਕਦੇ ਆਹ ਪ੍ਰਸੰਗ ਕਿਉਂਕਿ ਪੜ੍ਹ ਤਾਂ ਲਿਆ ਪਰ ਆਪਣੇ ਦਿਮਾਗ ਨਾਲ ਉਹਨੂੰ ਬਣਾਉਣਾ ਉਹਦੀ ਪੇਸ਼ਕਾਰੀ ਕਰਨੀ ਉਹਨੂੰ ਪੂਰਾ ਭਿੱਜ ਕੇ ਸੁਣਾਉਣਾ ਅਤੇ ਗਾਉਣਾ ਉਹ ਆਪਣੇ ਆਪ ਨੂੰ ਆਨੰਦ ਦਿੰਦਾ ਉਹ ਕਲਾ ਹੈ ਉਹ ਗੁਣ ਹੈ। ਅਤੇ ਉਹ ਜਦੋਂ ਤੁਸੀਂ 2 ਮਹੀਨੇ ਵੀ ਪਛੜ ਜਾਂਦੇ ਹੋ 2 ਮਹੀਨੇ ਵੀ ਤੁਸੀਂ ਨਹੀਂ ਕਰਦੇ ਇਹ ਲੱਗਦਾ ਵੀ ਕਾਹਦੇ ਲਈ ਹੈ ਸਰੀਰ ਇੱਦਾਂ ਫੀਲ ਹੁੰਦਾ ਹੈ ਵੀਕਨੈਸ ਫੀਲ ਹੁੰਦੀ ਹੈ ਸਰੀਰ 'ਚ ਤਾਂ ਹੈਗੀ ਹੈ ਮੈਨੂੰ ਪਤਾ ਹੈ ਪਰ ਨਾ ਕੁਛ ਕਰਨ ਕਰਕੇ ਤਾਂ ਬੰਦਾ ਬਿਲਕੁਲ ਹੀ ਮਰ ਜਾਂਦਾ। ਹੁਣ ਮੈਂ ਕੀ ਕਹਿਣਾ ਚਾਹੁੰਦਾ ਕਿ ਆਪਣੇ ਕੰਮ 'ਚੋਂ ਖੁਰਾਕ ਮਿਲਣੀ ਹੈ ਕੰਮ ਰੀਝ ਨਾਲ ਕਰਨਾ ਉਹਦੇ 'ਚੋਂ ਖੁਰਾਕ ਖਾਣੀ ਹੈ ਗਾਉਣਾ ਧਾਰਨਾ ਗਾਉਣੀ ਆ ਫਿਰ ਸ਼ਬਦ ਕੀਰਤਨ ਮੈਂ ਕਰਨ ਲੱਗਾ ਉਹ ਵੀ ਮੈਂ ਕਿਤੋਂ ਨਹੀਂ ਸਿੱਖਿਆ ਆਪੇ ਹੀ ਕਰਨਾ ਆਪੇ ਹੀ ਬਣਾਉਣਾ ਆਪੇ ਹੀ ਗਾਉਣਾ ਉਹਦੇ 'ਚੋਂ ਖੁਰਾਕ ਮਿਲਣੀ ਫਿਰ ਪ੍ਰਚਾਰ ਕਰਨਾ ਉਹਦੇ 'ਚੋਂ ਖੁਰਾਕ ਖਾਣੀ। ਹੁਣ ਅੱਜ ਫਿਰ ਮੈਂ ਫੈਸਲਾ ਕੀਤਾ ਕਿ ਕੁਛ ਮੈਂ ਕਰਾਂ ਹੌਲੀ ਕਰ ਲੈਂਦਾ ਸਲੋ ਕਰ ਲੈਂਦਾ ਥੋੜ੍ਹਾ ਕਰ ਲੈਂਦਾ ਪਰ ਜਿੰਨਾ ਚਿਰ ਨਵਾਂ ਕ੍ਰੀਏਟ ਨਹੀਂ ਮੇਰਾ ਮਾਇੰਡ ਕਰੇਗਾ ਇਹਨੂੰ ਆਦਤ ਪੈ ਗਈ ਹੈ ਖਾਣ ਦੀ ਇਹ ਵਿਹਲਾ ਨਹੀਂ ਬਹਿ ਸਕਦਾ ਇਹ ਭੁੱਖਾ ਹੈ ਕ੍ਰੀਏਟਿਵਿਟੀ ਬਿਨਾਂ ਮਰ ਜਾਵਾਂਗਾ ਕ੍ਰੀਏਟ ਕਰਾਂ। ਮੈਂ ਗੱਲ ਕਰ ਰਿਹਾ ਸੀ ਕਿ ਆਪਾਂ ਸੰਗਤ ਵਿੱਚ ਨਾ ਜਾਈਏ ਵੱਡਾ ਇਕੱਠ ਨਾ ਕਰੀਏ ਨਾ ਬੋਲੀਏ ਥੋੜ੍ਹਾ ਬੋਲ ਲਈਏ ਹੌਲੀ ਹੌਲੀ ਗੱਲਾਂ ਕਰ ਲਈਏ ਸਾਊਂਡ ਲਾਈਏ ਸਿਸਟਮ ਲਾਈਏ। ਚਲੋ ਸੁਖਮਨੀ ਸਾਹਿਬ ਦੀ ਕਥਾ ਸ਼ੁਰੂ ਕਰ ਲੈਂਦੇ ਹਾਂ 4-5 ਸ਼ਬਦਾਂ ਦੀ ਕਥਾ ਕਰ ਦਈਏ। ਅਸ਼ਟਪਦੀ ਆ ਸ਼ਬਦ ਹੁੰਦਾ ਹੈ ਅਤੇ ਅੱਧੀ ਅਸ਼ਟਪਦੀ ਦੀ ਇੱਕ ਦਿਨ ਅੱਧੀ ਇੱਕ ਦਿਨ ਆਸਾ ਦੀ ਵਾਰ ਸ਼ੁਰੂ ਕਰ ਲੈਂਦੇ ਹਾਂ ਜਪਜੀ ਸਾਹਿਬ ਦੀ ਕਥਾ ਸ਼ੁਰੂ ਕਰਦੇ ਹਾਂ
हौली हौली बोल के थोड़ा 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 उहदे चों फिर खुराक मिलेगी, नवा होएगा। फिर उदों मैं सोचदा सी कि कई बंदे तरसदे ने कि रिटायर हो जाइए, वेले हो जाइए, किदन छुट्टी मिलेगी। कई बंदे रिटायर होण सार ना ब्यास जांदे ने, पढ़े लिखे सानू जी कोई सेवा दे दिओ, पढ़े लिखे किसी संस्था च जांदे ने जी असी हुण वेले नहीं बह सकते, क्योंकि मैं तो क्रिएटिविटी वाला बंदा, मैं तो करना चाहुंदा कुछ, इत्थों वेला हो गया इत्थे करना है, मैं कुछ करदा रहना चाहुंदा, मैं लगातार करना चाहुंदा नवा कुछ वखरा जो सोहना हो। सो इस करके मैं तुहानू भी ये कहना चाहुंदा कि बोरिंग हो जाती है लाइफ जदों तुसी क्रिएटिविटी मार देने, कुछ ना कुछ नवा करांगे। मैं नोट किया, राजी रहिए चढ़ती कला च रहिए तो ठीक है, पर फल लगे ना इनू कोई, जीना तो जी के करना की है, चढ़ती कला च कर की रहे हैं, कैम रहना की करना है। सो मैं ये सोचिया भी थोड़ा जा प्रोग्राम आ तो करदा ही हाँ, नवी सवेर का नवा सुनेहा तो मैं कोशिश करांगा तुहानू दे, पर एक प्रोग्राम सैचरडे का दवान लावा, संडे का लावा, कल्ले ही ला लीए ना, बार ज़्यादा उच्ची ना बोलीए, हौली हौली ला लीए, ठंडा ठंडा, पर उहदे विच गल तां करिए, कुछ नवे अर्थ, कुछ नवी गल, उन्ना ही नज़ारा आउंदा। जिस बंदे जिवें जिहनूं कहिंदे ने ना भी जिन्ना खादा गल गल गड़प्पे किथे सरदा उंगलां चट्टे, जिन्हें भर भर ऐ खादा होवे उह उंगलां चट के किथे सारदा है, इन्ने क नाल नहीं ना रज हुंदा, दस मिनट नहीं, ये चार चार घंटे आदत पई होवे ते चार मिनट नाल रज नहीं हुंदा। सो कोशिश करिया करिए, कुछ नवा करिए, वेले ना बैठिए, जिंदगी फिर वधिया रहिंदी है, आरे लगे रहना, आरे राजी रहो, खुश रहो, लाइक करिया करो। तो दीवान हुण आपां आउण वाले समें च चाहे छोटा जिहा शुरू करांगे सैचरडे नूं, सुखमणी साहब करदे आ जां वेखदे आ, आसा दी वार कर लैंदे आ, किसी भी बाणी दी विचार लगातार सैचरडे 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 उहनूं सुनना शुरू करियो, नाल फिर संडे दा दीवान भी हो जाए। चलो पब्लिकली हुंदा है, सैचरडे कल्लियां लाया करिए, पर कुछ नवां, नहीं तो अंदर मर जाता, मायूसी छा जाती है। वाहिगुरु जी का खालसा, वाहिगुरु जी की फतेह।